ਦੋਸਤੋ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਸਵੇਰੇ ਸਵੇਰੇ ਅੱਜ ਤੁਹਾਡੇ ਵਾਸਤੇ ਇੱਕ ਪਹਿਲਣ ਝੋਟੀ ਦੀ ਵੀਡੀਓ ਲੈ ਕੇ ਆਇਆ, ਬੜੀ ਖੂਬਸੂਰਤ ਔਰ ਬਿਹਤਰੀਨ ਝੋਟੀ ਹੈ ਜਨਾਬ। ਇੱਕ ਅੱਖ ਕਾਲੀ ਹੈ, ਇੱਕ ਬਿੱਲੀ ਹੈ ਮੱਥੇ ਤੋਂ ਮਤਲਬ ਫੁੱਲੀ ਹੈ, ਔਰ ਜਨਾਬ ਕਿੰਗਰੀ ਵਾਲਾ ਸਿੰਘ ਲੱਗਿਆ। ਬੜੀ ਖੂਬਸੂਰਤ ਝੋਟੀ ਹੈ, ਮੇਰਾ ਕੈਮਰਾਮੈਨ ਤੁਹਾਨੂੰ ਝੋਟੀ ਦਿਖਾਏਗਾ, ਫਿਰ ਉਹਦੇ ਨਾਲ ਚੁਆਈ ਵੀ ਤੁਹਾਨੂੰ ਵਿਖਾਵਾਂਗੇ, ਜਿਹੜਾ ਵੀ ਹਿਸਾਬ ਕਿਤਾਬ ਹੈ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੋਏਗਾ, ਰੇਟ ਮਾਲਕ ਨਾਲ ਕਰਾਂਗੇ, ਜੋ ਵੀ ਮੁਹੱਬਤ ਪਿਆਰ ਹੋਏਗਾ ਸਾਰਾ ਕੁਝ। ਇਹ ਜਨਾਬ ਤੁਸੀਂ ਵੇਖਦੇ ਪਿਓ ਝੋਟੀ ਬਿਲਕੁਲ ਬਰੀਕ ਹੈ, ਇਹ ਪੂਛ ਬਿਲਕੁਲ ਬਰੀਕ ਹੈ, ਥੱਬਿਆਂ ਦੇ ਛੱਡੇ ਨੇ ਝੋਟੀ ਦੇ ਕੋਲ, ਔਰ ਪੂਰੀਆਂ ਵੰਡਾਂ ਔਰ ਬਿਹਤਰੀਨ ਥਣ ਛੱਡਾ, ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਦਿਖਾ ਰਿਹਾ, ਔਰ ਇਨਸ਼ਾ ਤੁਹਾਨੂੰ ਪਸੰਦ ਵੀ ਆਏਗੀ ਇਹ ਝੋਟੀ। ਜਨਾਬ ਪਹਿਲਣ ਹੈ, ਪਹਿਲਾ ਸੂਆ ਸੂਈ ਹੈ, ਔਰ ਜਨਾਬ ਮਗਰੇ ਦੇ ਕੱਟਾ ਹੈ ਗਲਬਨ, ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ। ਪੂਰਾ ਲੋਕੇਸ਼ਨ ਮੇਰਾ ਕੈਮਰਾਮੈਨ ਦਿਖਾ ਰਿਹਾ, ਪਿੱਛੇ ਇਹ ਕੱਟਾ ਹੈ, 5-4 ਦਿਨ ਦੀ ਸੂਈ ਹੈ, ਜੇ 6 ਦਿਨ ਦੀ ਹੋਵੇਗੀ ਹੱਥ 10 ਦਿਨ ਦੀ ਹੋਵੇਗੀ, ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਦਿਖਾ ਰਿਹਾ, ਕੈਮਰਾਮੈਨ ਸਾਰਾ ਇਹਦਾ ਫੁੱਡਾ ਜਿਹੜਾ ਹੈ ਨਾ ਖੁੱਡਾ ਨਸਲ ਵਗਜ਼ਾਤ ਵਗੈਰਾ ਉਹ ਜਨਾਬ ਵਿਖਾਓ। ਇਹ ਝੋਟੀ ਹੈ ਜੀ, ਪਹਿਲਾ ਸੂਆ ਸੂਈ ਹੈ, ਬੜੀ ਖੂਬਸੂਰਤ, ਬੜੀ ਅਸੀਲ ਅਤੇ ਸਹੂ ਹੈ। ਅਗਲਾ ਤਾਂ ਪੈੜਾ ਮਾਰਿਆ ਕਿ ਯਾਰ ਮਤਲਬ ਬੱਜੇ ਬੁੱਜੇ ਨਾ ਖੜੀ, ਅਤੇ ਬਿਹਤਰੀਨ ਤਰੀਕੇ ਨਾਲ ਜਿਹੜੇ ਥਣ ਨੇ ਉਹ ਬੜੇ ਮੁੱਠਾਂ 'ਤੇ ਨੇ, ਔਰ ਬੜੀਆਂ ਵਿਰਲਾਂ 'ਚ ਨੇ, ਬੜੇ ਖੂਬਸੂਰਤ ਨੇ। ਅੱਲਾ ਪਾਕ ਇਨਸ਼ਾਅੱਲਾ ਜ਼ਿੰਦਗੀ ਦੇਵੇ, ਬੜੀ ਲਾਜਵਾਬ ਮੈਂ ਬਣੇਗੀ, ਔਰ ਇਨਸ਼ਾਅੱਲਾ ਅਜੇ ਤਾਂ ਪਹਿਲਣ ਝੋਟੀ ਹੈ, ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ। ਮੇਰਾ ਕੈਮਰਾਮੈਨ ਮੂੰਹ ਦੀ ਸਭ ਅਸੀਲ ਹੈ, ਇਹ ਸਾਰਾ ਕੁਝ ਦਿਖਾ ਰਿਹਾ ਮੇਰਾ ਕੈਮਰਾਮੈਨ ਤੁਹਾਨੂੰ, ਬਿਲਕੁਲ ਮੂੰਹ ਅਜੇ ਛੇਕੀ ਦੇ ਦੰਦ ਹੁਣ ਕੱਢਦੀ ਪਈ ਹੈ, ਔਰ ਮੂੰਹ ਦੀ ਬੜੀ ਸਾਫ਼ ਸਹੂ ਅਤੇ ਅਸੀਲ ਹੈ, ਔਰ ਬਿਹਤਰੀਨ ਸਾਰਾ ਨਿਜ਼ਾਮ ਮੇਰੀ ਕੈਮਰੇ ਦੀ ਨਜ਼ਰ ਹੈ। ਯਾਸਰ ਮੈਂ ਥੋੜ੍ਹਾ ਖੋਲ ਕੇ ਤੁਰੋ ਨਾ, ਨਾ ਤੁਰ ਕੇ ਵਿਖਾਈਏ, ਫਿਰ ਚੁਆਈ ਵੀ ਵਿਖਾਇਆ ਜੀ। ਬਾਲਟੀ ਆ ਗਈ ਤੁਹਾਡੀ, ਇਹਨੂੰ ਥੋੜ੍ਹਾ ਤੋਰਿਆ ਜਾਏਗਾ, ਮੇਰੀ ਫੜ ਤੇ ਗਾਨੀ ਤੋਂ ਤੋਰੋ ਖਪੜਾ। ਇਹ ਜੀ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇੱਕ ਇੱਕ ਚੀਜ਼ ਦਿਖਾ ਰਿਹਾ, ਔਰ ਇਨਸ਼ਾਅੱਲਾ ਤੁਹਾਨੂੰ ਝੋਟੀ ਪਹਿਲਣ ਬੇਹੱਦ ਪਸੰਦ ਆਏਗੀ, ਬੜੀ ਲਾਜਵਾਬ ਨਸਲ ਦੀ ਮਾਸ਼ਾਅੱਲਾ ਇਹ ਝੋਟੀ ਹੈ, ਨੀਲੀ ਬਰੀਡ ਹੈ ਜਨਾਬ, ਬਿਲਕੁਲ ਖੂਬਸੂਰਤ। ਇਹ ਪਿੱਛੇ ਕੱਟਾ ਬੱਗੀ ਮੋਛ ਵਾਲਾ ਕੱਟਾ, ਅਤੇ ਅਸੀਂ ਵੀ ਲਿਆਓ ਹਾਂ ਬੱਚਾ, ਤੈਨੂੰ ਚੋਲ ਕਿੰਨੀ ਜੇ ਚੋਲ ਹੋ ਗਈ, 2 ਮਿੰਟ ਚੋਲ ਇਹਨੂੰ ਇੱਥੇ ਫੜ ਲਓ, ਚਾਚਾ ਜੀ ਨੂੰ ਫੜਾਓ ਨਾ ਤੁਸੀਂ ਬਾਲਟੀ ਕੱਢ ਲਓ, ਇਹਨੂੰ ਮੋਹਰੀ ਲੈ ਕੇ ਆਓ ਅਤੇ ਆਪਾਂ ਜਨਾਬ ਇਹ ਕੱਟਾ ਵਿਖਾ ਲਈ ਹੁੰਦੇ ਨੇ। ਇਹ ਜੀ ਪਿੱਛੇ ਕੱਟਾ ਹੈ, ਬੱਗੀ ਮੋਛ ਵਾਲਾ, ਬਿੱਲੀਆਂ ਅੱਖਾਂ ਨੇ, ਅਨਾਸ ਦੀ ਇਹਦੀ ਬੱਗੀ ਸੂ, ਇਹ ਸਾਰਾ ਕੁਝ ਜਨਾਬ ਮੇਰੀ ਕੈਮਰੇ ਦੀ ਨਜ਼ਰ ਹੈ, ਔਰ ਮੇਰਾ ਕੈਮਰਾਮੈਨ ਤਸੱਲੀ ਨਾਲ ਤੁਹਾਨੂੰ ਹਰ ਚੀਜ਼ ਵਿਖਾ ਰਿਹਾ। ਮੈਂ ਬਈ ਯਾਸਰ ਦਾ ਰੇਟ ਪੁੱਛਦੇ ਨਾਲ ਇਹਦੀ ਚੁਆਈ ਦਿਖਾਉਂਦੇ ਹਾਂ ਕਿ ਇਹਦੀ ਚੁਆਈ ਕੀ ਹੈ, ਔਰ ਕੀ ਹਿਸਾਬ ਕਿਤਾਬ ਹੈ, ਔਰ ਜਨਾਬ ਇਹ ਕਿੰਨਾ ਦੁੱਧ ਇਹਦੇ ਕੋਲ ਫਾਈਨਲ ਹੈ, ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੋਏਗਾ, ਔਰ ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗਾ ਇਹ ਸਾਰਾ ਮਾਮਲਾ। ਅਤੇ ਬਈ ਯਾਸਰ ਮੈਂ ਇਹਨੂੰ ਲਈ ਆਉਂਦੇ ਨੇ, ਅਤੇ ਆਪਾਂ ਜਨਾਬ ਮੈਂ ਤਾਂ ਪੁੱਛ ਲੈਂਦਾ ਰੇਟ, ਔਰ ਜਨਾਬ ਦੁੱਧ ਵੀ, ਔਰ ਇਹ ਸਾਰਾ ਕੁਝ, ਅਤੇ ਕਿੰਨਾ ਕੱਟਾ ਛੱਡ ਦਿਓ ਜੀ, ਇੱਧਰ ਆਓ ਜੀ ਬਈ ਯਾਸਰ, ਬਿਹਤਰੀਨ ਚੁਆਈ, ਕਿੱਡਾ ਕਿੱਡਾ ਥਣ ਉੱਡੀ ਚੁਆਈ, ਜਿੰਨੀ ਵਾਰ ਮਰਜ਼ੀ ਚੋਲ ਹੋਵੇ, ਮੈਂ ਨਾ ਪਾਵੇ 10 ਵਾਰੀ ਚੋਲ ਹੋਵੇ। ਅੱਛਾ, ਤੇ ਇਹਨੂੰ ਨਾ ਚੰਗੀ ਲੱਗੇ 50,000 ਥੱਲੇ ਰੱਖ ਲਵੇ, ਜੇ ਮੈਂ ਦੁੱਧ ਦੇਵੇ 13 ਕਿਲੋ ਤੁਸੀਂ ਲੈ ਲਾਂਗੇ, ਇਹਦੇ ਪੈਸੇ ਛੱਡ ਦੇ। ਅੱਛਾ ਮਾਸ਼ਾਅੱਲਾ, ਇੰਨੀ ਚੰਗੀ ਹੈ, ਇੰਨੀ ਚੰਗੀ, ਨਸਲ ਬੜੀ ਪਿਆਰ ਵਾਲਾ ਮੁੱਲ ਦੱਸੋ, 2,70,000 2,70,000 2,70,000 13 ਕਿਲੋ ਹੁਣ ਠੰਡਾ ਦੁੱਧ ਹੈ। ਹਾਂ, 13 ਕਿਲੋ ਹੁਣ ਠੰਡਾ ਦੁੱਧ ਹੈ, ਚੁਆ ਕੇ ਚੁਆ ਤੇ 7 ਵਾਰੀ 7 ਵਾਰੀ ਚੁਆ, 7 ਵਾਰੀ ਚੁਆ, 2,70,000 ਮੁੱਲ, 2,70,000 ਮੁੱਲ ਪਿਆਰ ਹੋਵੇਗਾ, ਥੋੜਾ ਬਹੁਤਾ ਹੋਈਏਗਾ, ਚੁਆਈ ਵਿਖਾ ਦਿਓ, ਚੁਆਈ ਵਿਖਾ ਦਿੰਦੇ, ਮੈਂ ਨਸਲੀ ਬਹੁਤ ਹੈ, ਬਹੁਤ ਨਸਲੀ ਚੁਆਈ, 5 ਲੱਖ ਦੀ ਵਿਕੀ, ਇਹਦੀ ਜਨਾਬ ਹੈ ਚੁਆਈ, ਬਾਲਟੀ ਵਿਖਾਓ ਵਿਹਲੀ ਜੀ, ਚਲੋ ਜੀ ਇਹਨੂੰ ਪਸਵਾ ਕੇ ਜਨਾਬ, ਅਤੇ ਇਹਨੂੰ ਨਾ ਇਹਦੀ ਚੁਆਈ ਵਿਖਾਓ, ਅਸੀਂ ਵੇਖ ਲਈਏ ਕਿ ਕਿੰਨਾ ਇਹ ਮਾੜਾ ਮਾਰਦੀ ਹੈ। ਇਹ ਜਿਹੜਾ ਦੁੱਧ ਹੈ ਦੱਸਿਆ ਜੇ, ਹਾਂਜੀ ਸਾਰਾ, ਇਹ ਯਾਸਿਨ ਬਾਈ 3 ਥਣਾਂ ਦਾ ਕਿ 4 ਥਣਾਂ ਦਾ? ਇਹ 4 ਥਣਾਂ ਦਾ, 4 ਥਣਾਂ ਦਾ, ਝੂਠ ਨਹੀਂ ਮਾਰਨਾ, ਮਤਲਬ ਇਹ ਹੈ ਕਿ ਅਗਰ ਵਿੱਚੋਂ ਕੱਟੇ ਨੂੰ ਛੱਡ ਦਈਏ ਕੋਈ ਸੇਰ, ਫਿਰ 12 ਕਿਲੋ ਦੁੱਧ, ਅਤੇ ਫਿਰ 12 ਕਿਲੋ ਦੁੱਧ ਹੈ। ਅੱਛਾ ਜੀ, ਠੀਕ ਹੋ ਗਿਆ, ਫਿਰ 12 ਕਿਲੋ 2 ਟਾਈਮ ਦਾ ਚੁਆ ਕੇ ਦਿਓਗੇ, ਗੜਵੀ ਮਾਰ ਕੇ, ਕਿੰਨੀ ਵਾਰੀ ਮਰਜ਼ੀ ਮਾਰ ਲੈਣ। ਅੱਛਾ, ਇਹ ਜਨਾਬ ਯਾਸਿਨ ਬਾਈ ਬਿਸਮਿਲਾ ਕਰੋ, ਬਾਲਟੀ ਕਿੰਨੇ ਕਿਲੋ ਦੀ? ਇਹ 10.5 ਕਿਲੋ ਦੀ, 10.5।
ਯਾਸਿਨ ਦੁੱਧ ਕਿੰਨਾ ਕਰ ਜਾਏਗਾ ਕੀ ਇਹ ਤੋਂ ਬਾਅਦ ਦੁੱਧ ਕਰ ਜਾਏਗੀ 15-16 ਕਿਲੋ ਠੰਡਾ ਠੰਡਾ ਮੈਂ ਨਸਲੀ ਬਹੁਤ ਹੈ ਯਾਰ ਐਵੇਂ ਤਾਂ ਨਹੀਂ ਆਪਾਂ ਗਰੰਟੀ ਦਿੱਤੀ ਮੈਂ ਦੀ ਪਸ਼ਮ ਤੇ ਵੇਖ ਆਮ ਮੈਂ ਇਹ ਜੀ ਹੁੰਦੀ ਚਲੋ ਅੱਲਾਹ ਤਾਲਾ ਨਸੀਬਾਂ ਚ ਕਰੇ ਜੀ ਜੋ ਵੀ ਹਿਸਾਬ ਕਿਤਾਬ ਹੋਈ ਗਾੜੀ ਕਿੰਨੀ ਹੋਵੇਗੀ 1.5 ਸਿਰ ਹੈਗੀ 2 ਸਿਰ ਹੈ ਤੈਨੂੰ ਪਤਾ ਆਪਾਂ ਝੂਠ ਕਦੇ ਨਹੀਂ ਮਾਰੇ ਝੂਠ ਮਾਰ ਤੇ ਇੱਕ ਵਾਰੀ ਮਾਰ ਲਾ ਕੇ ਦੁਬਾਰਾ ਤਾਂ ਨਹੀਂ ਵੱਜਣਾ ਇੱਧਰ ਆ ਇੱਧਰ ਦੀ ਆਗ ਮਗਰੋਂ ਦੇ ਮਾਸ਼ਾਅੱਲਾ ਸੀਲ ਹੈ ਸਹੂ ਹੈ ਬਿਹਤਰੀਨ ਹੈ ਚਾਹ ਵੀ ਬਿਹਤਰੀਨ ਹੈ ਛੱਟਾ ਫੁਆਰਾ ਵੀ ਕੋਈ ਨਹੀਂ ਔਰ ਜਨਾਬ ਸਾਰਾ ਕੁਛ ਮੇਰੇ ਕੈਮਰੇ ਦੀ ਨਜ਼ਰ ਬਿਹਤਰੀਨ ਤਰੀਕੇ ਨਾਲ ਤੁਹਾਨੂੰ ਸਾਰਾ ਕੁਛ ਦਿਖਾ ਰਹੇ ਹਾਂ ਬੰਦੇ ਉਹਨੇ ਲੈਣੀ ਕਿਨੇ ਪਛਾਣ ਕਰੇਗਾ ਮੈਂ ਇਹਦੀ ਹਰ ਬੰਦੇ ਦਾ ਵਸ ਨਹੀਂ ਯਾਸਿਨ ਤੂੰ ਵੀ ਥੱਕ ਜਾਣਾ ਮੈਂ ਚੋ ਚੋ ਹੋਰ ਥੱਕ ਜਾਈਗਾ ਚੋਈ ਕੌਣ ਕਰਦਾ ਆ ਮੁਲਾਜ਼ਮ ਹੀ ਕਰ ਲੈਂਦਾ ਸੀ ਇਹ ਆਪ ਕਦੋਂ ਚੁੰਦਾ ਆ ਇਹ ਤਾਂ ਕਦੀ ਫਸੇ ਨਾਲ ਗੱਲ ਏ ਅਸੀਂ ਖੜੇ ਖੜੇ 21-22 ਮਹੀਨੇ ਚੁੰਦੇ ਅਸੀਂ ਪਤਾ ਹੀ ਲੱਗਣਾ ਸੀ ਇਹ ਗੰਡੇ ਕੱਢ ਕੇ ਬੜਾ ਮਾਰਨੀ ਆ ਤੇ ਹੁਣ ਸਾਡੇ ਕੋਲ ਥੱਲੇ ਨਹੀਂ ਬੈਠੇ ਕੋਈ ਯਾਸਿਨ ਦੀ ਬਸ ਪਈ ਹਾਂ ਨਹੀਂ ਬਸ ਨਹੀਂ ਫਿਰ ਤਰੀਕੇ ਨਾਲ ਚੋਣੇ ਅਗਲੇ ਇਹ ਨਾ ਆਖਣ ਵੀ ਥਾਣ ਬਾਅਦ ਕੱਟ ਕੱਲ ਨੂੰ ਤੈਨੂੰ ਲਾਮਾ ਨਾ ਦੇਵੇ ਕੋਈ ਚਵਾਈ ਵੇਖ ਮੈਂ ਦੀ ਕਿੱਡਾ ਕਿੱਡਾ ਥਾਣ ਉੱਡੀ ਉੱਡੀ ਚਵਾਈ ਹੈ ਜੀ ਨਹੀਂ ਤੂੰ ਸਾਡੀ ਗੱਲ ਤਾਂ ਝੂਠ ਸਮਝਦਾ ਨਹੀਂ ਬੱਚੇ ਨਹੀਂ ਛੱਡਣਾ ਜੀ ਬੱਚਾ ਰੋਜ਼ਾਨਾ ਚੁੰਘਦਾ ਦੁੱਧ ਅੱਜ ਤੈਨੂੰ ਵਿਖਾਉਣਾ ਹੈ ਸਾਰਾ ਨਹੀਂ ਛੱਡ ਦੇ ਚਾਰਾਂ ਪੀ ਲੈਣ ਥਣਾ ਦਾ ਦੁੱਧ ਤਾਂ ਦਿਸ ਗਿਆ ਦੁੱਧ ਥਣ ਵਿਖਾ ਦਿਆਂਗੇ ਆਪਾਂ ਕੋ ਖੜਾ ਜਿਹੜਾ ਬੱਚਿਆਂ ਨੂੰ ਛੱਡਣਾ ਹੈ ਛੱਡ ਦੇਣਾ ਛੱਡ ਦੇ ਵਿਖਾ ਦੇ 10 ਕਿਲੋ 10.5 ਕਿਲੋ ਬਾਲਟੀ ਕਿੱਥੇ ਆ ਗਈ ਚੱਕ ਲਓ ਮਾਸ਼ਾਅੱਲਾ ਚੱਕ ਤੇ ਵੇਖ ਨਾ ਕੱਲ ਨੂੰ ਤੈਨੂੰ ਕੋਈ ਬੰਦਾ ਹੈ ਨਾ 6-7 ਸੇ ਦੁੱਧ ਹੈ ਯਾਰ ਕਿੰਨਾ ਹੋਣਾ 6-7 ਸੇ ਇਹ ਸਾਰਾ ਕੁਛ ਜੀ ਮੇਰੇ ਕੈਮਰੇ ਦੀ ਨਜ਼ਰ ਔਰ ਮੇਰੇ ਕੈਮਰਾ ਮੈਨ ਨੇ ਤੁਹਾਨੂੰ ਤਸੱਲੀ ਨਾਲ ਸਾਰੀ ਦੀ ਚੁਆਈ ਵੀ ਦਿਖਾਈ 2,70,000 ਰੁਪਏ ਮੁੱਲ ਹੈ ਮੁਹੱਬਤ ਪਿਆਰ 'ਚ ਹੋ ਜਾਏਗਾ ਔਰ ਜਨਾਬ ਠੰਡਾ ਦੁੱਧ ਜੋਟੀ ਦੇ ਕੋਲ 13 ਕਿਲੋ ਹੈ ਔਰ ਜਨਾਬ ਗਰਮ ਦੁੱਧ ਜਿਹੜਾ ਹੈ ਮਾਲਕ ਕਹਿੰਦਾ 16 ਕਿਲੋ ਹੈ ਸਾਰਾ ਇਹ ਠੰਡਾ ਹੀ ਹੈ ਆ ਵੇਖ ਲਓ ਐਂ ਕਰ ਕਮਰਾ ਇਹ ਜੀ ਸਾਰਾ ਕੁਛ ਮੇਰੇ ਕੈਮਰੇ ਦੀ ਨਜ਼ਰ ਹੈ ਔਰ ਬਿਹਤਰੀਨ ਤਰੀਕੇ ਨਾਲ ਮੇਰਾ ਕੈਮਰਾ ਦਿਖਾ ਰਿਹਾ ਤੁਹਾਨੂੰ
یہ اتنی زیادہ جگ والا معاملہ کوئی نہیں ہے، یہ بہترین دودھ ہے اور سارا کچھ دودھ کرے گی 16 تو 17 لیٹر۔ یہ جوٹی 2,70,000 روپے مل ہے۔ میرے جڑے دوست نو پسند آوے میرے 0300-0957-5851 کال نمبر اور واٹس ایپ نمبر تے جناب رابطہ کر سکتا ہے۔ اپنا بہت سارا خیال رکھنا ہے، ملنا ایک نمی ویڈیو دے نال، اللہ نگہبان۔